ਨੋਸਮੈਂਟ ਤੇ ਇਹੀ ਕੀਤੀ ਜਾਂਦੀ ਆ ਕਿ ਜੋ ਕਰੋਨਾ ਵਾਇਰਸ ਫੈਲ ਚੁੱਕਾ ਆ ਆਲ ਵਰਲਡ ਦੇ ਵਿੱਚ ਇਸ ਦਾ ਇਲਾਜ ਅਜੇ ਤੱਕ ਕੋਈ ਨਹੀਂ ਲੱਭਾ ਲੇਕਿਨ ਇਸ ਨੂੰ ਸਾਡੀ ਸਾਵਧਾਨੀਆਂ ਨਾਲ ਹੀ ਸਭ ਕੋ ਬਚਾ ਹੋ ਸਕਦਾ ਹੈ ਜਿਵੇਂ ਕਿ ਆਪਾਂ ਮੂੰਹ ਦੇ ਵਿੱਚ ਆਪਣੇ ਮਾਸਕ ਪਾ ਕੇ ਜਾਂ ਆਪਣੇ ਹੱਥਾਂ ਨੂੰ ਬਾਰ-ਬਾਰ ਧੋ ਕੇ ਤਾਂ ਮਤਲਬ ਕੋਈ ਵੀ ਭੀੜ-ਪਾੜ ਵਾਲੇ ਇਲਾਕੇ ਤੇ ਘਟ ਜਾਓ ਬਾਕੀ ਜਦੋਂ ਵੀ ਆਪਾਂ 2-4 ਜਣੇ ਇਕੱਠੇ ਹੁੰਦੇ ਆ ਉਹਦੇ ਵਿੱਚ ਘੱਟੋ-ਘੱਟ 1 ਮੀਟਰ ਦਾ ਫਾਸਲਾ ਬਣਾ ਕੇ ਰੱਖੋ ਬਾਕੀ ਇਹ ਆ ਵੀ ਕੋਈ ਵੀ ਜ਼ਿਆਦਾ دہشت ਦਾ ਮਾਹੌਲ ਨਾ ਬਣਾਓ ਕਿਉਂਕਿ ਜੋ ਸਿਹਤ ਵਿਭਾਗ ਵੱਲੋਂ ਸਾਨੂੰ ਮਿਲੀਆਂ ਵਾ ਸਹੂਲਤਾਵਾਂ ਮਿਲੀਆਂ ਸੀ ਉਸੇ ਢੰਗ ਨਾਲ ਉਹਦੀ ਵਰਤੋਂ ਕਰੀਏ ਜੇ ਕਿਸ ਨੂੰ ਲੋੜ ਜਿਹਨੂੰ ਪਰ ਲੱਗਦਾ ਹੈ ਵੀ ਕੋਈ ਹੈਗਾ ਤੇ ਉਹ ਜਾ ਕੇ ਆਪਣਾ ਚੈੱਕਅਪ ਕਰਾਓ ਤੇ ਇਸ ਦਾ ਇਲਾਜ ਵੀ ਕੋਈ ਉਪਰਾਲਾ ਕਰਨਗੇ ਕੋਈ ਨਾ ਕੋਈ ਡਾਕਟਰ ਸਾਹਿਬ ਕਰਨਗੇ ਹਾਂ ਕਈ ਵਾਰ ਹੁੰਦਾ ਹੈ ਵੀ ਐਵੇਂ ਅਫਵਾਹ ਫੈਲ ਜਾਂਦੀ ਹੈ ਵੀ ਉਹਨੂੰ ਹੋ ਗਿਆ ਜੀ ਖਾਣੇ ਨੂੰ ਹੋ ਗਿਆ ਦੂਜੇ ਨੂੰ ਹੋ ਗਿਆ ਲੇਕਿਨ ਹੈ ਕੁਝ ਨਹੀਂ ਹੈ ਹਜੇ ਤੱਕ ਆਪਣੇ ਪੰਜਾਬ ਦੇ ਵਿੱਚ ਇੱਕ ਹੀ ਇੱਕ ਹੀ ਵਿਅਕਤੀ ਨੂੰ ਹੈ ਉਹ ਵੀ ਇਲਾਜ ਚੱਲ ਉਹ ਮਤਲਬ ਚੱਲ ਰਿਹਾ ਜੇਕਰ ਨੈਗੇਟਿਵ ਆ ਗਿਆ ਤੁਹਾਨੂੰ ਛੁੱਟੀ ਮਿਲ ਜਣੀ ਆ ਇਹ ਇੱਕ ਸਵੇਰੇ ਕੋਈ 6 6:30 ਵਜੇ ਕੀਤੀ ਜਾਂਦੀ ਹੈ ਇੱਕ ਸ਼ਾਮ ਨੂੰ ਕੋਈ 7 ਵਜੇ ਦੇ ਕਰੀਬ ਰਹਿ ਰਸ ਦੇ ਟਾਈਮ ਦੇ ਕੀਤੀ ਜਾਂਦੀ ਹੈ ਪਿੰਡ ਵਿੱਚ ਲੋਕਮੈਂਟ ਕੀਤੀ ਜਾਂਦੀ ਹੈ ਵੀ ਕਰੋਨਾ ਤੋਂ ਬਚਣਾ ਚਾਹੀਦਾ ਇਹ ਬਹੁਤ ਜ਼ਰੂਰੀ ਹੈ ਜਿੱਦਾਂ ਮਤਲਬ ਲੋਕਾਂ ਨੂੰ ਕਿਹਾ ਜਾਂਦਾ ਵੀ ਹੱਥ ਧੋ ਕੇ ਬਾਹਰੋਂ ਜਉਣਾ ਹੱਥ ਧੋ ਕੇ ਆਓ ਬਾਕੀ ਇਹ ਵੀ ਜੋ ਖਾਂਸੀ ਬੁਖਾਰ ਵਾਲਾ ਕੋਈ ਵੀ ਮਲੇਵਰ ਸਸਤਾ ਨੂੰ ਲੱਭਦਾ ਉਹਨੂੰ ਜਾਂ ਤਾਂ ਇਹ ਕਹਿੰਨੇ ਆਂ ਪੀ ਆਪਾਂ ਲਾਗੋ ਡਿਸਪੈਂਸਰੀ ਤੋਂ ਦਵਾਈ ਲਓ ਜਾਂ ਕੁਛ ਵੀ ਕਰੋ ਤੇ ਬਾਕੀ ਆਪਣੀ ਸੇਫਟੀ ਵਾਸਤੇ ਆਪ ਹੀ ਉਪਰਾਲਾ ਕਰਨਾ ਪਏਗਾ ਹੋਰ ਕੋਈ ਇਹ ਸਵੇਰੇ ਇੱਕ ਕਰਦੇ ਆਂ ਆਪਾਂ ਜੋ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਖੁੱਲ੍ਹਦੇ ਆ ਉਦੋਂ ਕਰਦੇ ਆ ਲਾਉਸਮੈਂਟ ਤੋਂ ਉਤੋਂ ਬਾਅਦ ਸ਼ਾਮੀ ਜਦੋਂ ਰਹਿਰਾਸ ਹੁੰਦੀ ਆ ਤਾਂ ਵੀ ਲਾਉਸਮੈਂਟ ਹੁੰਦੀ ਆ ਤੇ ਵਧੀਆ ਉਪਰਾਲਾ ਵਧੀਆ ਲੋਕਾਂ ਨੂੰ ਸੁਚੇਤ ਕਰਨ ਵਾਸਤੇ ਵਧੀਆ ਇੰਦੇ ਵਿੱਚ ਇਹ ਜਿਹੜੀ ਬਿਮਾਰੀ ਚੱਲੀ ਆ ਬੜੀ ਭਿਆਨਕ ਬਿਮਾਰੀ ਚੱਲੀ ਆ ਕਰੋਨਾ ਵਾਇਰਸ ਇਹਦੇ ਬਾਰੇ ਸ਼ੁਭਾ ਸਾਮ ਅਸੀਂ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਮਤਲਬ ਫਿਰ ਅਨਾਉਂਸਮੈਂਟ ਕਰਾਣੇ ਆ ਔਰ ਪਿੰਡ-ਪਿੰਡ ਜੇ ਜਾਣੇ ਆ ਪਿੰਡਾਂ ਵਿੱਚ ਜਾ ਕੇ ਵੀ ਅਸੀਂ ਇਹੀ ਪ੍ਰਚਾਰ ਕਰਦੇ ਆ ਕਿ ਨਾ ਕੇ ਨਾ ਹੱਥ ਮਲਾਓ ਹਾਂਜੀ ਤੇ ਨਾ ਕਿਸੇ ਦੇ ਨਾਲ ਜ਼ਿਆਦਾ ਬੰਦੇ ਦੀ ਦੂਰੀ ਬਰਾਕ ਰੱਖੋ ਬਾਕੀ ਕੋਈ ਵੀ ਕਿਸੇ ਨੂੰ ਖਾਂਸੀ ਬੁਖਾਰ ਜਾਂ ਕੁਝ ਵੀ ਹੈ ਜਾਂ ਉਹਦੇ ਤੋਂ ਮੀਟਰ ਦੀ ਦੂਰੀ ਦੂਰੀ ਤੇ ਉੱਤੇ ਰਹਿਣ ਦੀ ਸੂਚਿਤ ਕਰਦੇ ਹਾਂ ਸਾਰੇ ਪਿੰਡ ਵਿੱਚ ਤਕਰੀਬਨ ਸਾਰੇ ਪਿੰਡ ਚ ਗੀ ਸਾਰੇ ਇਲਾਕੇ ਵਿੱਚ ਹੀ ਬਹੁਤ ਹੋ ਜਾਵਾ ਇਹਦਾ ਡਰ ਹੈ ਕਿ ਇਹ ਜਿਹੜੀਆਂ ਇਹ ਜਿਹੜੀ ਬਿਮਾਰੀ ਜਿਹੜੀ ਆ ਬੜੀ ਭਿਆਨਕ ਬਿਮਾਰੀ ਆ ਇਹ ਬਿਮਾਰੀ ਦਾ ਇਲਾਜ ਕੋਈ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਕੋਰੋਨਾ ਵਾਇਰਸ ਫੈਲ ਚੁੱਕਾ ਹੈ ਇਸ ਤੇ ਬਚਾਅ ਵਾਸਤੇ ਭਾਈ ਆਪਾਂ ਸਵੇਰੇ ਵੀ ਅਨਾਊਂਸਮੈਂਟ ਕਰਦੇ ਹਾਂ ਸੰਗਤਾਂ ਨੂੰ ਤੇ ਸ਼ਾਮਾਂ ਨੂੰ ਵੀ ਅਨਾਊਂਸਮੈਂਟ ਕਰਦੇ ਹਾਂ ਕਿ ਇਸ ਤੋਂ ਕਿਸ ਤਰ੍ਹਾਂ ਬਚਿਆ ਜਾਵੇ ਭੀੜ ਵਾਲੇ ਇਲਾਕਿਆਂ 'ਚ ਨਾ ਜਾਇਆ ਜਾਵੇ ਸੋ ਇਹ ਬੇਨਤੀ ਅਸੀਂ ਸਵੇਰੇ ਵੀ ਕਰਦੇ ਹਾਂ ਤੇ ਸ਼ਾਮ ਨੂੰ ਵੀ ਕਰਦੇ ਹਾਂ ਤੁਹਾਹਮਾਰੀ ਕਿਰਪਾ ਕਰਨ ਇਹ ਸੰਗਤਾਂ ਨੂੰ ਤੰਦਰੁਸਤੀਆਂ ਬਖਸ਼ਣ ਅਸੀਂ ਆਨਿਆ ਜੀ ਮਤਲਬ ਸੈਂਟਨਾਈਜ਼ਰ ਦਾ ਹੱਥ ਧੂਵ ਦੇ ਨਾਲ ਡਿਟੋਲ ਨਾਲ ਹੱਥ ਤੋਂ ਕਿਸੇ ਨੂੰ ਹੱਥ ਨਹੀਂ ਸੁਟਣਾ ਤੇ ਦੂਰੋਂ ਫੱਤੇ ਬੁਲਾਉਣੀਆਂ ਇਹ ਬਚਾਅ ਹੈ ਤੇ ਭੀੜ ਵਾਲੇ ਇਲਾਕਿਆਂ 'ਚ ਨਹੀਂ ਜਾਣਾ ਜਾਂ ਸਫਰ ਨਹੀਂ ਕਰਨਾ ਗੰਦਗੀ ਵਾਲੇ ਇਲਾਕੇ ਦੇ ਵਿੱਚ ਨਹੀਂ ਜਾਣਾ ਇਹੀ ਬਚਾਅ ਹੈ ਜੀ डर हाथे तक कोई नहीं है वैसे कोई है केस नहीं गा पर फिर भी असना बचाव कर रहे हैं जी।